ਦੋਸਤੋ 25 ਜਨਵਰੀ ਨੂੰ ਪੰਜਾਬ ਬੰਦ ਵਾਲੇ ਦਿਨ ਹੁਸ਼ਿਆਰਪੁਰ ਵਿਖੇ ਬੀਜੇਪੀ ਤੇ ਆਰਐਸਐਸ ਦੇ ਆਗੂਆਂ ਨੇ ਮੇਰੇ ਵੱਲੋਂ ਇੱਕ ਸਵਾਲ ਪੁੱਛੇ ਜਾਣ ਤੇ ਰੱਜ ਕੇ ਗੁੰਡਾਗਰਦੀ ਖਿਲਾਰੀ ਸੀ। ਬਾਅਦ ਵਿੱਚ ਦੋਸ਼ੀ ਕੌਂਸਲਰ ਨਿਪੁਨ ਸ਼ਰਮਾ ਤੇ ਉਹਦੇ ਹੋਰ ਸਾਥੀਆਂ ਦੇ ਖਿਲਾਫ ਮੈਂ ਪੁਲਿਸ ਨੂੰ ਕਾਰਵਾਈ ਕਰਨ ਦੇ ਵਾਸਤੇ ਦਰਖਾਸਤ ਦਿੱਤੀ ਸੀ। ਪੂਰੇ ਹੀ ਸਿੱਖ ਜਗਤ ਤੋਂ ਇਲਾਵਾ ਹੋਰ ਲੋਕਾਂ ਦੇ ਮਨਾਂ ਵਿੱਚ ਵੀ ਬੀਜੇਪੀ ਤੇ ਆਰਐਸਐਸ ਦੇ ਆਗੂਆਂ ਤੇ ਗੁੱਸਾ ਸੀ ਕਿ ਉਹਨਾਂ ਨੇ ਲੋਕਤੰਤਰ ਦੇ ਕਹੇ ਜਾਂਦੇ ਚੌਥੇ ਥੰਮ ਨੂੰ ਧੱਕੇ ਮਾਰੇ ਨੇ ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਘਟਨਾ ਵਾਲੇ ਦਿਨ ਤੋਂ ਤਕਰੀਬਨ 3-4 ਦਿਨਾਂ ਬਾਅਦ ਹੀ ਨਿਪੁਨ ਸ਼ਰਮਾ ਦੇ ਸਮਰਥਕ ਮੇਰੇ ਟੱਚ ਵਿੱਚ ਸਨ ਕਿ ਸ਼ਰਮਾ ਜੀ ਆਪਣੀ ਗਲਤੀ ਦਾ ਅਹਿਸਾਸ ਕਰ ਰਹੇ ਨੇ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇ ਦੇ ਬਾਹਰ ਧਰਨਾ ਵੀ ਲਗਾਇਆ ਸੀ ਕਿ ਦੋਸ਼ੀਆਂ ਦੇ ਖਿਲਾਫ਼ ਪੁਲਿਸ ਕਾਰਵਾਈ ਕਰੇ, ਪਰ ਪੁਲਿਸ ਦੀਆਂ ਕਾਰਵਾਈਆਂ ਕਿੱਦਾਂ ਦੀਆਂ ਹੁੰਦੀਆਂ ਨੇ ਆਪਾਂ ਸਾਰੇ ਜਾਣਦੇ ਹੀ ਹਾਂ। ਖੈਰ, ਬੀਤੀ ਕੱਲ੍ਹ 6 ਫਰਵਰੀ ਨੂੰ ਫਿਰ ਦੁਬਾਰਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹੁਸ਼ਿਆਰਪੁਰ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠ ਕੀਤਾ ਤੇ ਫਿਰ ਉਸ ਇਕੱਠ ਦੇ ਵਿੱਚ ਵਿਚਾਰ ਕੀਤੀ ਗਈ ਕਿ ਨਿਪੁਨ ਸ਼ਰਮਾ ਜੇ ਗਲਤੀ ਦਾ ਅਹਿਸਾਸ ਕਰ ਰਿਹਾ ਤਾਂ ਲਿਖਤੀ ਤੌਰ ਤੇ ਰਾਜ਼ੀਨਾਮਾ ਕਰਨ ਵਿੱਚ ਕੋਈ ਹਰਜ ਨਹੀਂ ਹੈ। ਫਿਰ ਬੀਜੇਪੀ ਤੇ ਸਿੱਖ ਆਗੂਆਂ ਦੀ ਹਾਜ਼ਰੀ ਵਿੱਚ ਬੀਤੀ ਕੱਲ੍ਹ ਲਿਖਤੀ ਰਾਜ਼ੀਨਾਮਾ ਹੋ ਗਿਆ ਜਿਹਦੇ ਵਿੱਚ MC ਨਿਪੁਨ ਸ਼ਰਮਾ ਨੇ ਉਸ ਦਿਨ ਕੀਤੀ ਆਪਣੀ ਗਲਤੀ ਨੂੰ ਮੰਨ ਲਿਆ ਹੈ। ਸੋ ਸਿੱਖ ਆਗੂਆਂ ਦੀ ਰਾਏ ਨੂੰ ਮੰਨਦਿਆਂ ਮੈਂ ਵੀ ਉਸ ਰਾਜ਼ੀਨਾਮੇ ਦੇ ਉੱਪਰ ਸਾਈਨ ਕਰਕੇ ਤੇ ਆਪਣੀ ਦਰਖਾਸਤ ਵਾਪਸ ਲੈ ਲਈ ਹੈ। ਆਸ ਕਰਦੇ ਹਾਂ ਕਿ ਅੱਗੇ ਤੋਂ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਲੀਡਰ ਕਿਸੇ ਵੀ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ਤੇ ਉਹਦੇ ਨਾਲ ਇਸ ਤਰੀਕੇ ਨਾਲ ਬਦਤਮੀਜ਼ੀ ਨਹੀਂ ਕਰੇਗਾ। ਪੱਤਰਕਾਰ ਵੀਰਾਂ ਤੇ ਭੈਣਾਂ ਨੂੰ ਵੀ ਇੱਕ ਜ਼ਰੂਰੀ ਬੇਨਤੀ ਕਰਨੀ ਚਾਹੂੰਗਾ ਕਿ ਤੁਹਾਡਾ ਮਾਈਕ ਲੀਡਰਾਂ ਦੇ ਭਾਸ਼ਣ ਦੇਣ ਵਾਸਤੇ ਇੱਕ ਔਜ਼ਾਰ ਨਹੀਂ ਹੁੰਦਾ, ਸਗੋਂ ਉਹਨਾਂ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜਾ ਕਰਨ ਦੇ ਵਾਸਤੇ ਇੱਕ ਹਥਿਆਰ ਹੁੰਦਾ ਹੈ ਜਿਹਦੀ ਵਰਤੋਂ ਤੁਸੀਂ ਬਿਨਾਂ ਕਿਸੇ ਡਰ ਭੈ ਦੇ ਜ਼ਰੂਰ ਕਰਿਆ ਕਰੋ। ਜਿਵੇਂ ਮੇਰਾ ਇਨਸਾਫ ਪਸੰਦ ਲੋਕਾਂ ਨੇ ਸਾਥ ਦਿੱਤਾ ਹੈ, ਤੁਹਾਡਾ ਵੀ ਲੋਕ ਸਾਥ ਜ਼ਰੂਰ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਹੁਸ਼ਿਆਰਪੁਰ ਜਿਹੜੀ ਪਿਛਲੇ ਦਿਨੀ ਮੰਦਭਾਗੀ ਘਟਨਾ ਵਾਪਰੀ ਸੀ 25 ਤਰੀਕ ਵਾਲੇ ਦਿਨ, ਉਸ ਸੰਬੰਧ ਵਿੱਚ ਸਾਰੇ ਵੀਰ ਇਕੱਠੇ ਹੋਏ ਸਾਂ ਅਤੇ ਜੋ ਨਿਤਿਨ ਸ਼ਰਮਾ ਜੀ ਵੱਲੋਂ ਕੋਈ ਸ਼ਬਦ ਕਹਿ ਗਏ ਸਨ ਜਿਨ੍ਹਾਂ ਨੂੰ ਲੈ ਕੇ ਭੁਪਿੰਦਰ ਸਿੰਘ ਸੱਜਣ ਹੋਣਾ ਦੇ ਮਨ ਨੂੰ ਠੇਸ ਲੱਗੀ ਸੀ, ਸਾਰਿਆਂ ਨੂੰ ਠੇਸ ਲੱਗੀ ਸੀ ਸਾਨੂੰ, ਉਹਦਾ ਅੱਜ ਮਿਲ ਬੈਠ ਕੇ ਫੈਸਲਾ ਹੋ ਗਿਆ। ਇਹਨਾਂ ਨੇ ਬੜੀ ਦਿਆਨਦਾਰੀ ਦੇ ਨਾਲ ਆਪਣੇ ਸ਼ਬਦ ਵਾਪਸ ਲੈ ਲਏ ਨੇ ਅਤੇ ਇਹਨਾਂ ਨੇ ਇੱਕ ਦੂਜੇ ਦੇ ਨਾਲ ਮੇਲ ਮਿਲਾਪ ਕਰ ਲਿਆ ਹੋਇਆ ਹੈ। ਹੁਣ ਅੱਜ ਤੋਂ ਬਾਅਦ ਇਹ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਹੋਇਆਂ ਇਹ ਰਾਜ਼ੀਨਾਮਾ ਹੋ ਗਿਆ। ਸਾਰੀਆਂ ਧਿਰਾਂ ਜਿਹੜੇ ਵੀ ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ, ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ, ਹੋਰ ਵੀਰ, ਹੋਰ ਭਾਈਚਾਰੇ, ਅੱਜ ਅਸੀਂ ਉਹਨਾਂ ਸੱਜਣਾਂ ਦੇ ਧੰਨਵਾਦੀ ਵੀ ਹਾਂ ਅਤੇ ਉਹ ਵਧਾਈ ਦੇ ਪਾਤਰ ਵੀ ਨੇ, ਜਿਵੇਂ ਵਿੱਚ ਮਰਾਣਾ ਜੀ, ਹੋਰ ਮੌਜਜ ਇੱਧਰੋਂ ਸ਼ਖਸੀਅਤਾਂ, ਸਾਰੇ ਹੀ ਦਰਜਾ ਬਦਰਦਾ, ਸਾਰਿਆਂ ਨੇ ਮਿਲ ਬੈਠ ਕੇ ਅੱਜ ਫੈਸਲਾ ਕਰਾ ਦਿੱਤਾ ਗਿਆ। ਅਤੇ ਇਹ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਇੱਕ ਮੰਦਭਾਗੀ ਘਟਨਾ ਵਾਪਰੀ ਜ਼ਰੂਰ ਸੀ ਪਰ ਉਹਨੂੰ ਸਿਆਣੀਆਂ ਸ਼ਖਸੀਅਤਾਂ ਨੇ ਬੈਠ ਕੇ ਫੈਸਲਾ ਕਰ ਲਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।